ਇੱਥੇ ਜਿਹੜੇ ਸੈਕਸ਼ਨ 'ਚ ਖੜ੍ਹੇ ਹੋਏ ਹਾਂ ਇਹਨੂੰ USP ਟ੍ਰੀਟਮੈਂਟ ਪਲਾਂਟ ਬੋਲਿਆ ਜਾਂਦਾ ਹੈ। USP ਦਾ ਮਤਲਬ ਹੁੰਦਾ ਅਲਟਰਾ ਹਾਈ ਟੈਂਪਰੇਚਰ ਟ੍ਰੀਟਮੈਂਟ ਪਲਾਂਟ। ਸੋ ਇੱਥੇ ਅਸੀਂ ਜਿਹੜਾ ਹੈਗਾ ਵੱਖ ਵੱਖ ਟਾਈਪ ਦੇ ਜਿਹੜੇ ਹੈਗੇ ਟੈਟਰਾ ਪੈਕ ਦੇ ਪ੍ਰੋਡਕਟਸ ਦੀ ਪੈਕਿੰਗ ਕਰਦੇ ਹਾਂ। ਇੱਥੇ ਅਸੀਂ 5 ਟਾਈਪ ਦੀ ਲੱਸੀ ਅਤੇ 2 ਟਾਈਪ ਦੇ ਡਰਿੰਕਸ ਅਤੇ 3 ਟਾਈਪ ਦੇ ਅਸੀਂ ਦੁੱਧ ਪੈਕ ਕਰਦੇ ਹਾਂ। ਸੋ ਅਸੀਂ ਇਹਨੂੰ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਭੇਜਣ ਤੋਂ ਪਹਿਲਾਂ ਸਾਰੇ ਕੁਆਲਿਟੀ ਟੈਸਟ ਕਰਕੇ ਫਿਰ ਅਸੀਂ ਮਾਰਕੀਟ ਦੇ ਵਿੱਚ ਇਹਨੂੰ ਸੈਂਡ ਕਰਦੇ ਹਾਂ। ਸੋ ਅਸੀਂ ਇਸ ਪ੍ਰੋਡਕਟ ਦੀ ਸ਼ੈਲਫ ਲਾਈਫ ਜਿਹੜੀ ਹੈਗੀ ਆ ਉਹ 3 to 6 months ਦੇ ਵਿੱਚ ਵੇਰੀ ਕਰਦੀ ਆ। ਸੋ ਇਹਦਾ 6 ਮਹੀਨੇ ਦਾ ਸ਼ੈਲਫ ਲਾਈਫ ਦਾ ਟਾਈਮ ਪੀਰੀਅਡ ਇਸੇ ਲਈ ਹੈ ਕਿਉਂਕਿ ਇਸ ਨੂੰ ਅਸੀਂ USP ਟ੍ਰੀਟਮੈਂਟ ਦਿੰਦੇ ਹਾਂ। USP ਦਾ ਮਤਲਬ ਹੈ ਇੱਥੇ ਕਿ ਅਸੀਂ ਮਿਲਕ ਔਰ ਮਿਲਕ ਪ੍ਰੋਡਕਟਸ ਨੂੰ 140°C ਤੇ ਹੀਟ ਕਰਦੇ ਹਾਂ ਅਤੇ ਉਸ ਤੋਂ ਬਾਅਦ ਇਸ ਨੂੰ ਆਮ ਅਸੈਪਟਿਕ ਪੈਕੇਜਿੰਗ ਰਾਹੀਂ ਇਹਨੂੰ ਪੈਕ ਕਰਦੇ ਹਾਂ। ਜਦੋਂ ਵੀ ਪ੍ਰੋਡਕਟ ਸਾਡਾ ਤਿਆਰ ਹੋ ਜਾਂਦਾ ਬਿਨਾਂ ਕਿਸੇ ਹਿਊਮਨ ਐਰਰ ਦੇ ਬਿਨਾਂ ਕਿਸੇ ਹਿਊਮਨ ਟੱਚ ਦੇ ਸਿੱਧਾ ਸਾਡਾ ਅਸੈਪਟਿਕ ਪੈਕੇਜਿੰਗ ਰਾਹੀਂ ਮਸ਼ੀਨ ਦੇ ਰਾਹੀਂ ਪ੍ਰੋਡਕਟ ਪੈਕ ਕਰਕੇ ਇਸ ਤਰੀਕੇ ਦੇ ਬ੍ਰਿਕਸ ਦੇ ਟਾਈਪ ਦੇ ਵਿੱਚ ਬਾਹਰ ਆ ਜਾਂਦਾ। ਸੋ ਇਸ ਤੋਂ ਬਾਅਦ ਸਾਡੀ ਕੁਆਲਿਟੀ ਚੈੱਕਸ ਤੋਂ ਬਾਅਦ ਫਿਰ ਅਸੀਂ ਪ੍ਰੋਡਕਟ ਨੂੰ ਅਸੀਂ ਰਿਲੀਜ਼ ਕਰਦੇ ਹਾਂ ਮਾਰਕੀਟ।